ਆਜੀ ਵਿਦਿਆਰਥੀਓ ਅੱਜ ਅਸੀਂ ਪੜ੍ਹਾਂਗੇ ਫੀਸ ਮਾਫੀ ਲਈ ਅਰਜੀ ਸੇਵਾ ਵਿਖੇ ਸ਼੍ਰੀਮਾਨ ਮੁਖ ਅਧਿਆਪਕ ਜੀ ਮਾਡਰਨ ਪਬਲਿਕ ਸਕੂਲ ਨਮਾ ਸ਼ਹਿਰ ਇੱਥੇ ਤੁਸੀਂ ਆਪਣੇ ਸਕੂਲ ਦਾ ਨਾਮ ਲਿਖਣਾ ਸਰਕਾਰੀ ਸੀਨੀਅਰ ਸਕੈਂਦਲੀ ਰੂਟ ਪੈਨ ਜੋ ਵੀ ਤੁਹਾਡਾ ਪੈਨ ਡ ਆਇਆ ਸ਼ਹਿਰ ਆ ਸ਼੍ਰੀਵਾਨ ਜੀ ਮੈਂ ਆਪ ਜੀ ਦੇ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜਦਾ ਹਾਂ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਾਂ ਜਮਾਤ ਦਾ ਮਨੀਟਰ ਵੀ ਹਾਂ ਦੇਖੋ ਜੇ ਤੁਸੀਂ 10ਵੀਂ ਕਲਾਸ ਤੋਂ 8ਵੀਂ ਤੋਂ 6ਵੀਂਓ ਤੁਸੀਂ ਇੱਥੇ ਕਲਾਸ ਚੇਂਜ ਕਰ ਲੈਣੀ ਆ ਠੀਕ ਹੈ एग्जांपल ਦੇ ਤੌਰ ਤੇ ਲਿਖਿਆ ਗਿਆ ਵਾ ਠੀਕ ਹੈ ਮੈਂ ਬਹੁਤ ਹੁਸ਼ਿਆਰ ਹਾਂ ਮੈਂ ਜਮਾਤ ਦਾ ਮਨੀਟਰ ਵੀ ਹਾਂ ਮੇਰੇ ਪਿਤਾ ਜੀ ਇੱਕ ਛੋਟੇ ਦੁਕਾਨਦਾਰ ਹਨ ਮੇਰੇ ਸਕੂਲ ਦੀ ਫੀਸ ਨਹੀਂ ਦੇ ਸਕਦੇ ਉਹ ਮੈਨੂੰ ਪੜ੍ਹਾਈ ਬੰਦ ਕਰਨ ਲਈ ਆਖਦੇ ਹਨ ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਮੇਰੀ ਫੀਸ ਮਾਫ ਕਰਨ ਦੀ ਕਿਰਪਾ ਕਰੋ ਤਾਂ ਕਿ ਮੈਂ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਾਂ ਤੇ ਵਧੀਆ ਫਿਊਚਰ ਬਣਾ ਸਕਾਂ ਜਾਂ ਵਧੀਆ ਭਵਿੱਖ ਦੀ ਖੋਜ ਵੱਲ ਜਾ ਸਕਾਂ ਤੁਸੀਂ ਇੱਥੇ ਇਹ ਵੀ ਲਿਖ ਸਕਦੇ ਹੋ ਕਿ ਅਸੀਂ ਤਿੰਨ ਭੈਣ ਭਰਾ ਹਾਂ ਮੇਰੇ ਦੋ ਵੱਡੇ ਭੈਣ ਭਰਾ ਹਨ ਉਹਨਾਂ ਦੀ ਫੀਸ ਵੀ ਬਹੁਤ ਜ਼ਿਆਦਾ ਹੈ ਮੇਰੇ ਪਿਤਾ ਜੀ ਤੋਂ ਇੰਨੀ ਫੀਸ ਨਹੀਂ ਭਰੀ ਜਾ ਰਹੀ ਹੈ ਇਸ ਕਰਕੇ ਉਹ ਮੈਨੂੰ ਪੜ੍ਹਾਈ ਬੰਦ ਕਰਨ ਲਈ ਆਖਦੇ ਹਨ ਇਸ ਕਰਕੇ ਮੇਰੀ ਫੀਸ ਮੁਆਫ ਕੀਤੀ ਜਾਵੇ ਇਹ ਵੀ ਤੁਸੀਂ ਲਿਖ ਸਕਦੇ ਹੋ ਜਾਂ ਜਿਵੇਂ ਆਪਾਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਹੈ ਤੁਸੀਂ ਇਦਾਂ ਵੀ ਲਿਖ ਸਕਦੇ ਹੋ ਠੀਕ ਹੈ ਫਿਰ ਲਿਖੋਗੇ ਧੰਨਵਾਦ ਸਹਿਤ ਆਪ ਜੀ ਦਾ ਆਗਿਆਕਾਰੀ ਵਿਦਿਆਰਥੀ ਦਲਜੀਤ ਸਿੰਘ ਰੋਲ ਨੰਬਰ 7 ਜਮਾਤ ਦੂਜੀ ਏ ਮਿਤੀ ਮਿਤੀ ਲਿਖਣੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਪੇਪਰ ਲਈ ਤਿਆਰੀ ਕਰ ਰਹੇ ਹੋ ਤਾਂ ਵੀ ਇੱਥੇ ਤੁਹਾਨੂੰ ਇਨਸਟਰਕਸ਼ਨ ਦੇ ਰਿਹਾ ਜੇ ਤੁਸੀਂ ਜਰਨਲੀ ਆਪਣੇ ਸੱਚ ਮੂਜੋ ਆਪਣੇ ਪ੍ਰਿੰਸੀਪਲ ਨੂੰ ਐਪਲੀਕੇਸ਼ਨ ਦੇਣੀ ਆ ਤਾਂ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਮੈਨੂੰ ਹੁੰਦਾ ਪੱਤਰ ਕਿੱਦਾਂ ਲਿਖੀਦਾ ਤੁਸੀਂ ਪੂਰਾ ਸਟਰਕਚਰ ਦੇਖ ਸਕਦੇ ਹੋ ਠੀਕ ਹੈ